ਆਪਣੀ ਤਾਂ ਰੋਟੀ ਆ ਗਈ ਹੁਣ। ਲੋਕ ਅੱਗੇ ਕਹਿੰਦੇ ਕੁੜੀ ਪੀਲੇ ਸੂਟ ਪਾਈ ਜਾਂਦੇ, ਪੀਲੇ ਸੂਟ ਪਾਈ ਜਾਂਦੇ। ਹੁਣ ਦੱਸ ਉਹ ਜਿਹੜੇ ਨਵੇਂ ਲਿਆਂਦੇ ਇੱਕ ਵਾਰੀ ਪਾਲੇ ਆ, ਹੁਣ ਇਹ ਤਾਂ ਮਤਲਬ ਫਿਰ ਆਪਾਂ ਰੈਂਟ 'ਤੇ ਮਿਲਦੇ ਹਾਂ ਨਾ, ਬੰਦਾ ਲੈ ਲੈ ਕੇ ਪਾਈ ਜਾਵੇ ਕਰੀ ਨਿੱਤ ਨਵੇਂ ਰੈਂਟ 'ਤੇ। ਪਤਾ ਨਹੀਂ ਦਿੰਦੇ ਕਿ ਨਹੀਂ ਦਿੰਦੇ, ਚੱਕਰੀ 'ਚ ਵੈਸੇ ਪੁੱਛਣਾ ਚਾਹੀਦਾ ਵੀ ਰੈਂਟ 'ਤੇ ਮਿਲਦੇ ਆ ਸੂਟ ਕਿ ਨਹੀਂ ਮਿਲਦੇ। ਮਿਲਦੇ ਹੁੰਦੇ ਹੈ ਨਾ 200-300 ਰੁਪਏ ਕਿਰਾਇਆ ਜਾਂ ਕੀ ਹੁੰਦੇ ਆ, ਹੈ ਨਾ। ਦੱਸ ਕੇ ਆਓ ਡੈਡੀ ਨੂੰ ਤੁਸੀਂ ਯਾਰ, ਤਾਂ ਮੈਂ ਨਹੀਂ ਦੱਸ ਕੇ ਆਇਆ, ਤੂੰ ਦੱਸਿਆ ਜਾ ਹੈਂ। ਇਹ ਡੁਪਲੀਕੇਟ ਵਾ, ਇੱਥੇ ਨਹੀਂ ਰੇਟ ਹੈਗਾ। ਕਹਿੰਦੇ ਆ ਫਾਊਂਡੇਸ਼ਨ ਐਚ ਡੀ ਆ ਜੀ, ਲਓ ਜੀ ਫਾਊਂਡੇਸ਼ਨਾਂ ਐਚ ਡੀ ਆ ਗਈਆਂ ਜੀ। ਐਚ ਡੀ ਫਾਊਂਡੇਸ਼ਨ ਲਾ ਲਈ ਮੰਮੀ ਸਾਡੇ ਨਾਲ ਜਾਣਗੇ। ਮੰਮੀ ਆਹ ਸੂਟ ਨਵਾਂ ਸੀ ਤਾਂ ਨਾ ਲੱਗਦਾ ਮੈਨੂੰ ਗੱਲ, ਮੈਂ ਤਾਂ ਅੱਜ ਪਹਿਲੀ ਵਾਰ ਵੇਖਿਆ ਪਾਇਆ ਹੈ। ਅੱਛਾ ਅੱਛਾ, ਚੱਲ ਵਧੀਆ ਵਧੀਆ, ਅੱਜ ਤਾਂ ਪਰ ਪਾ ਲਿਆ। ਇੱਧਰ ਮੈਡਮ ਨੇ ਅੱਜ ਹੀ ਆ ਪਾਇਆ ਸੂਟ ਨਵਾਂ ਸੀਤਾ ਸੀ ਮੰਮੀ ਨੇ। ਇਹ ਕਰਨ ਨਹੀਂ ਆਟਾ ਕੱਢਣ ਨਹੀਂ ਮੁੰਦਰੀ ਵਿੱਚ ਮੇਕਅਪ ਦੇ ਨਾਲ, ਬੀਬੀਆਂ ਜਿੰਦਾ ਆ। ਇਹਦਾ ਮੇਕਅਪ ਸੱਚੀ ਮੁੱਕ ਗਿਆ, ਪਤਾ ਕੀ ਗੱਲ ਆ ਜੀ, ਕਿੱਥੇ ਰਹਿ ਗਈ ਕਿੱਟ ਵਾਲਾ ਤੇਰੀ, ਕਿਤੇ ਘੁੰਮਣ ਗਏ ਕੀ ਨਾ ਸੀ ਹੈਂ, ਹਿੱਲ ਸਟੇਸ਼ਨ ਆਹੋ ਉੱਥੇ ਭਰਾਵਾ ਇਹਦੀ ਮੇਕਅਪ ਕਿੱਟ ਰਹਿ ਗਈ ਯਾਰ, ਬਾਕੀ ਸਾਰਾ ਸਮਾਨ ਚਲੋ ਰਹਿ ਗਈ, ਚੰਗਾ ਹੋਇਆ ਸਗੋਂ ਰਹਿ ਗਈ ਇਹਦੀ। ਮੇਰਾ ਕਹਦਾ ਖਰਚਾ ਹੋਣਾ ਆ ਆਪਣੇ ਪੈਸਿਆਂ ਦੀ, ਆਪਣੀ ਮੇਕਅਪ ਦੀ ਕਿੱਟ ਬਣਾਈ ਭਾ, ਨੇੜੇ ਸਿੱਧੀ ਗੱਲ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਤੁਹਾਡਾ ਸਾਡੇ ਚੈਨਲ ਤੇ, ਜਾਨਕੀ ਦੀ ਮਠਾਰੂ ਚੈਨਲ ਤੇ। ਅੱਜ ਅਸੀਂ ਚੱਲੇ ਆ ਨਕੋਦਰ ਮੱਥਾ ਟੇਕਣ। ਆਓ ਤੁਹਾਨੂੰ ਆਪਾਂ ਨਕੋਦਰ ਦੇ ਆਪਾਂ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ, ਤਾਂ ਤੁਸੀਂ ਵੀ ਕਰਿਓ ਤੇ ਡੈਡੀ ਹੁਣਾਂ ਨਾਲੇ ਦੱਸ ਦਈਏ ਡਰ ਵੀ ਲੱਗਣ। ਤੇ ਹੁਣ ਮੰਮੀ ਹੁਣ ਵੀ ਸਾਡੇ ਨਾਲ ਚੱਲੇ ਨੇ, ਤੇ ਆ ਹੁਣ ਚੱਲੀਏ, ਜ਼ਿਆਦਾ ਟਾਈਮ ਨਾ ਲਗਾਈਏ। ਦੱਸਤਾ ਡੈਡੀ ਨੂੰ ਕਿ ਨਹੀਂ ਅਜੇ ਸਭ, ਮੈਂ ਬਚਣ ਡੇ ਬਚਣ ਡੇ ਆ ਸਾਡੇ ਮਹੱਲੇ ਚ ਪਤਾ ਨੀ ਕਿਦਣ ਕਾਰ ਚੁੱਕੀ ਜਾਣੀ, ਮੈਨੂੰ ਤੇ ਇਹ ਨੀ ਸਮਝਾਉਂਦੀ। ਜਿੱਦਾਂ ਮੈਂ ਆਪਣੇ ਮਤਲਬ ਡੈਡੀ ਦੇ ਨੰਬਰ ਤੇ ਲਿਖਿਆ ਨਾ ਬਾਪੂ ਤੇਰੇ ਕਰਕੇ, ਤੇ ਉਹਨੇ ਵੀ ਗੱਡੀ ਤੇ ਲਿਖਾਇਆ ਬਾਪੂ ਤੇਰੇ ਕਰਕੇ। ਇੱਥੇ ਬੜਾ ਪਾਣੀ ਹੋਣਾ ਵੇਖੀ ਸੀ, ਤਾਂ ਹੀ ਜਾਮ ਲੱਗਾ ਆ। ਮੈਂ ਵੇਖ ਲਾ, ਮੈਂ ਤੁਹਾਨੂੰ ਦੱਸਾਂ ਜਾਣਾ, ਜਾਮ ਤਾਂ ਹੀ ਲੱਗਾ, ਪਾਣੀ ਬਹੁਤ ਜ਼ਿਆਦਾ ਹੋ ਗਿਆ। ਜਨਾਨੀ ਕਿੱਥੋਂ ਲੰਘ ਸਕਦੀ ਹੋਵੇ। ਉਹ ਰਾਜੂ ਭਰਾ ਆਪਣਾ ਸਾਡੇ ਨਾਲ ਮੇਰੇ ਨਾਲ ਪੜ੍ਹਦਾ ਰਿਹਾ, ਬੰਦਾ ਬੜਾ ਹੀਰਾ ਸੀਗਾ। ਆਪਾਂ ਪਹੁੰਚ ਚੁੱਕੇ ਹਾਂ ਜਲੰਧਰ ਇਸ ਟਾਈਮ, ਅਸੀਂ ਇਸ ਟਾਈਮ ਘੁੰਮ ਰਹੇ ਹਾਂ ਜਿੱਥੋਂ ਤੱਕ ਗਗਨ ਲਾਲੀ ਨਹੀਂ ਆ, ਅਸੀਂ ਉਹਦੇ ਇਲਾਕੇ 'ਚ ਘੁੰਮ ਰਹੇ, ਜਲੰਧਰ ਦਾ ਆਇਆ ਉਹ। ਪਹੁੰਚ ਗਏ ਆ ਜੀ ਆਪਾਂ ਫਾਈਨਲੀ, ਕਿਉਂਕਿ ਆਪਾਂ ਵੀ ਇੱਕ ਦੋ ਰਸਤੇ ਵੈਸੇ ਭਟਕੇ ਸੀਗੇ, ਪਰ ਪਹੁੰਚ ਗਏ ਬਾਬਾ ਮੁਰਾਦ ਸ਼ਾਹ ਜੀ ਦੀ ਜਗ੍ਹਾ ਤੇ। ਹੁਣ ਇੱਥੇ ਪਾਰਕਿੰਗ ਬਹੁਤ ਸੋਹਣੀ ਬਣੀ ਹੋਈ ਆ, ਉੱਧਰ ਆਪਾਂ ਲਗਾਵਾਂਗੇ ਗੱਡੀ ਆਪਣੀ। ਇੱਥੋਂ ਹੁਣ ਆਖ ਨਾਲ ਹੀ ਆ ਲੈਫਟ ਹੈਂਡ, ਆ ਦੇਖੋ ਇੱਧਰ ਪਾਰਕਿੰਗ ਬਣੀ ਹੋਈ ਆ ਬਹੁਤ ਵੱਡੀ, ਤੇ ਇੱਧਰ ਜੈਂਟਸ ਜਿਹੜੇ ਨੇ ਟੋਇਲਟ ਬਣੀ ਹੋਈ, ਇੱਧਰ ਲੇਡੀਜ਼ ਬਣੀ ਹੋਈ ਆ, ਤੇ ਸਾਹਮਣੇ ਬਾਬਾ ਜੀ ਦੀ, ਬਾਬਾ ਮੁਰਾਦ ਸ਼ਾਹ ਜੀ। ਇੱਧਰਲੀ ਸਾਈਡ ਸਾਹਮਣੇ ਐਂਟਰੀ ਆ, ਹੁਣ ਆਪਾਂ ਜਾਵਾਂਗੇ ਐਂਟਰੀ ਕਰਾਂਗੇ। ਇੱਕ ਗੱਲ ਇੱਥੋਂ ਦੀ ਯਾਦ ਰੱਖਣੀ ਆ, ਬਾਕੀ ਮੈਨੂੰ ਵੀ ਸੁਣਨ ਦੇ ਵਿੱਚ ਇਹ ਪੱਕਾ ਨਹੀਂ ਮੈਨੂੰ ਪਤਾ ਹੈਗਾ, ਕਹਿੰਦੇ ਆ ਵੀ ਮਠਿਆਈ ਜਿਹੜੀ ਬਾਹਰੋਂ ਨਹੀਂ ਚੜ੍ਹਦੀ ਆ, ਸਾਹਮਣੇ ਜਿੱਥੋਂ ਮਿਲਦੀ ਆ ਉੱਥੋਂ ਹੀ ਚੜ੍ਹਦੀ ਆ, ਜਿੱਥੋਂ ਮਤਲਬ ਆਪਾਂ ਐਂਟਰੀ ਅੰਦਰੋਂ ਹੀ ਮਿਲਦੀ ਆ ਬਾਬੇ ਮੁਰਾਦ ਸ਼ਾਹ ਜੀ ਦੀ ਜਗ੍ਹਾ ਤੋਂ, ਡੱਬਾ ਜੋ ਵੀ ਮਠਿਆਈ ਆ ਇੱਥੋਂ ਮਿਲਦੀ ਆ। ਆਹ ਦੇਖੋ ਸਾਹਮਣੇ ਜਿੱਥੋਂ ਮਤਲਬ ਸਾਹਮਣੇ ਐਂਟਰੀ, ਉੱਧਰਲੀ ਸਾਈਡ ਤੋਂ ਸਾਹਮਣੇ ਆਪਾਂ ਪ੍ਰਸ਼ਾਦ ਮਿਲਦਾ ਹੈ ਜੋ ਕਿ ਅੰਦਰ ਚੜ੍ਹਾਈ ਦਾ ਮਠਿਆਈ ਆ। ਵੇਖੋ
ਮੇਰੇ ਹਿਸਾਬ ਨਾਲ ਤੇ ਕਹਿੰਦੇ ਸੀਗੇ ਤੇ ਮੈਂ ਵੀ ਸੁਣੀ ਸੁਣਾਈ ਗੱਲ ਆ, ਪਤਾ ਨਹੀਂ ਹੁਣ ਇਹ ਰੀਅਲ 'ਚ ਹੈਗਾ ਜਾਂ ਨਹੀਂ। ਕਹਿੰਦੇ ਆ ਵੀ ਬਾਹਰੋਂ ਜਦੋਂ ਮਠਿਆਈ ਦਾ ਡੱਬਾ ਲੈ ਕੇ ਆਵੇ ਨਹੀਂ ਚੜ੍ਹਦਾ ਅਤੇ ਇੱਥੋਂ ਲੈਣਾ ਪੈਂਦਾ ਆਪਾਂ ਨੂੰ। ਦਰਗਾਹ ਅੰਦਰ ਜਗ੍ਹਾ ਕਾਫੀ ਜ਼ਿਆਦਾ ਖੁੱਲ੍ਹੀ ਬੈਠਣ ਵਾਸਤੇ, ਉੱਥੇ ਜਗ੍ਹਾ ਕਾਫੀ ਆ ਪਰ ਗਰਮੀ ਹੁੰਦਾ ਇੱਧਰ। ਹੁਣ ਆਪਾਂ ਇਸ ਤੋਂ ਅੱਗੇ ਐਂਟਰ ਹੋਵਾਂਗੇ। ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈ, ਇੱਧਰਲੀ ਸਾਈਡ ਵੀ ਦੇਖੋ। ਅਤੇ ਇਹਦੇ ਅੰਦਰ ਹੁਣ ਆਪਾਂ ਜਾ ਕੇ ਮੱਥਾ ਟੇਕਾਂਗੇ ਅੰਦਰ। ਕਹਿੰਦੇ ਮੋਬਾਈਲ ਚਲਾਉਣਾ ਜਿਹੜਾ ਅਲਾਊਡ ਨਹੀਂ ਹੈਗਾ, ਉਹ ਸਾਹਮਣੇ ਲਿਖਿਆ ਹੋਇਆ। ਆਪਣੀ ਫੇਵਰੇਟ ਆ ਗਈ ਆ ਰਾਜਮਾਂਹ, ਤੇਰਾ ਰਾਜਮਾਂਹ ਖਾਣ ਨੂੰ ਦਿਲ ਕਹਿੰਦੇ ਤੇ ਵੇਖ ਲਓ ਉਹੀ ਬਣੇ ਹੋਏ। ਲੰਗਰ ਹਾਲ ਦੇ ਬੈਕ ਸਾਈਡ ਜਿਹੜੀ ਆ ਉਹ ਝੀਲ ਬਣੀ ਹੋਈ ਆ, ਦੇਖੋ ਕਿੱਡੀ ਸੋਹਣੀ ਅਤੇ ਕਿੰਨੀ ਸਫਾਈ ਇੱਧਰ। ਹੁਣ ਇੱਥੇ ਆਪਾਂ ਮੱਥਾ ਟੇਕ ਲਿਆ, ਹੁਣ ਆਪਾਂ ਜਾਵਾਂਗੇ ਦੂਸਰੀ ਜਗ੍ਹਾ 'ਤੇ, ਬਾਬਾ ਲਾਲ ਸ਼ਾਹ ਜੀ ਦੀ ਜਗ੍ਹਾ 'ਤੇ ਜਾਵਾਂਗੇ, ਉੱਥੇ ਮੱਥਾ ਟੇਕ ਕੇ ਆਵਾਂਗੇ ਜ਼ਰੂਰ। ਮੈਨੂੰ ਇਹ ਪਰਸ਼ਾਦ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਪਰ ਮਜ਼ਾ ਆਇਆ। ਹੁਣ ਆਪਾਂ ਪਹੁੰਚ ਗਏ ਹਾਂ ਦੂਸਰੀ ਜਗ੍ਹਾ 'ਤੇ, ਇਹ ਹੈਗੀ ਹੈ ਜਗ੍ਹਾ ਬਾਬਾ ਲਾਲ ਸ਼ਾਹ ਜੀ ਦੀ, ਅਤੇ ਇੱਥੋਂ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਹਾਂ। ਅਤੇ ਆਓ ਹੁਣ ਚੱਲਦੇ ਹਾਂ ਆਪਾਂ ਅੰਦਰ, ਲੱਗਦਾ ਇੱਥੇ ਮੇਲਾ ਆਇਆ ਮੈਨੂੰ ਲੱਗਦੀ ਗੱਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ। ਇਹ ਹੈਗਾ ਆ ਜੋੜਾ ਘਰ, ਚਾਰ ਨੰਬਰ, ਕਰ ਲਓ ਦਰਸ਼ਨ ਸਾਰੇ ਜਣੇ। ਇਹ ਹੈਗਾ ਆ ਲੰਗਰ ਹਾਲ, ਇੱਧਰ ਇਹ ਬਾਬਾ ਜੀ ਦੀ ਜਗ੍ਹਾ, ਇਹ ਬਾਬਾ ਜੀ ਦਾ ਰਿਕਸ਼ਾ। ਆਹ ਜਿਵੇਂ ਕਿੱਥੇ ਮੌਲੀ ਵਧੀ ਹੋਈ ਆ ਇੱਥੋਂ ਦਾ, ਕਹਿੰਦੇ ਆ ਵੀ ਮੌਲੀ ਬੰਨ ਕੇ ਜਾਓ ਜਿੱਦਾਂ, ਮਤਲਬ ਕਿਸੇ ਦੀ ਮਨੋਕਾਮਨਾ ਨਹੀਂ ਪੂਰੀ ਹੁੰਦੀ ਉਹ ਮੌਲੀ ਬੰਨ ਕੇ ਜਾਵੇ, ਠੀਕ ਆ। ਅਤੇ ਜਦੋਂ ਮਨੋਕਾਮਨਾ ਪੂਰੀ ਹੋ ਜਾਵੇ ਕੋਈ ਵੀ ਮੌਲੀ ਜਿਹੜੀ ਨਹੀਂ ਉਹਦੇ ਗੰਢ ਖੋਲ੍ਹ ਕੇ ਜਾਣੀ ਮੁੜ ਕੇ ਆਪਾਂ, ਜਦੋਂ ਮਨੋਕਾਮਨਾ ਪੂਰੀ ਹੋ ਜਾਵੇ ਕੋਈ ਵੀ ਮੌਲੀ ਹੈ ਜਿੱਦਾਂ, ਕਿਉਂਕਿ ਮੌਲੀਆਂ ਤਾਂ ਬਹੁਤ ਜ਼ਿਆਦਾ ਬੰਦ ਦਿੱਤੀਆਂ, ਅਤੇ ਕੋਈ ਵੀ ਮੌਲੀ ਆਪਾਂ ਉਸ ਟਾਈਮ ਗੰਢ ਉਹਦੀ ਖੋਲ੍ਹ ਦੇਣੀ ਬਸ, ਜਦੋਂ ਆਪਣੀ ਮਨੋਕਾਮਨਾ ਪੂਰੀ ਹੋ ਗਈ। ਜਿੱਦਾਂ ਕਿ ਛੱਡ ਜਾ ਰਿਹਾ ਵਾ ਸੰਗਤਾਂ ਵਾਸਤੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ। ਇੱਧਰਲੇ ਸਾਈਡ ਐਂਟਰੀ ਹੈ, ਅੰਦਰ ਮੱਥਾ ਟੇਕਣ ਜਾਣਾ ਵੇ ਦਰਗਾਹ 'ਤੇ। ਅਸੀਂ ਪਹੁੰਚ ਗਏ ਤੀਜੀ ਦਰਗਾਹ 'ਤੇ, ਅਤੇ ਇੱਥੋਂ ਸੰਦੀਪ ਲੈ ਗਈ ਕਾਕਾ ਕਿਰਨ ਦੀਦੀ ਵਾਸਤੇ ਵੀ ਇੱਥੇ ਚੜ੍ਹਾਵਾਂਗੇ ਆਪਾਂ, ਅਤੇ ਬਾਬਾ ਕਿਰਨ ਦੀਦੀ ਨੂੰ ਧੀ ਜਾਂ ਪੁੱਤ ਦੇਵੇ। ਕਿਹੜਾ ਲਿਆ ਕਾਕਾ? ਅਸੀਂ ਨਹੀਂ, ਕਿੱਡਾ ਸੋਹਣਾ ਨਿੱਕਾ ਜਿਹਾ ਗੰਜਾ ਰਾਮ ਇੱਕ ਲੈ ਲਈ ਆਪਾਂ ਕੋਠੀ, ਵੈਸੇ ਸ਼ੌਂਕ ਨਾਲ ਲਈ ਆ ਘਰ 'ਤੇ, ਤਾਂ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਆ, ਪਰ ਵੈਸੇ ਇਹ ਮੈਨੂੰ ਵਧੀਆ ਲੱਗੀ ਆ। ਆਓ ਜੀ ਹੁਣ ਆਪਾਂ ਚੱਲਦੇ ਹਾਂ ਅੰਦਰ ਦਰਸ਼ਨ ਕਰਨ ਵਾਸਤੇ। ਆਹ ਹੈਗਾ ਜੋੜਾ ਘਰ, ਅਤੇ ਜੇ ਕੋਈ ਹੈ ਨਾ ਹੈਂਡੀਕੈਪ ਹੈ ਵੀਲਚੇਅਰ ਵੀ ਮਿਲਦੀ ਇੱਥੇ। ਹਾਂ ਬਾਬਾ ਜੀ ਕਹਿੰਦੇ ਇੱਥੇ ਬੈਠਦੇ ਹੁੰਦੇ ਸੀਗੇ, ਆ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਉਹ ਫਿਰ ਇੱਥੇ ਚੜ੍ਹਾ ਜਾਂਦੇ ਇੱਥੇ। ਆਹ ਦੇਖੋ ਇਹਨਾਂ ਦੇ ਉਹ ਜਗ੍ਹਾ ਦੇ ਬੈਕ ਸਾਈਡ ਇੱਧਰ ਲੰਗਰ ਹਾਲ ਬਣਿਆ ਹੋਇਆ ਇੱਧਰਲੀ ਸਾਈਡ ਸਾਹਮਣੇ। ਹੁਣ ਸੰਗਤ ਜਿਹੜੀ ਆ ਦੇਖੋ ਕਾਫੀ ਆ ਗਈ ਆ। ਹੁਣ ਹੈਗੀ ਆਪਣੀ ਵਾਪਸੀ, ਆਪਾਂ ਤੇ ਮੱਥਾ ਟੇਕ ਲਿਆ, ਆਂਟੀ ਹੁਣੀ ਆਪਾਂ ਨੂੰ ਮਿਲੇ। ਹਾਂਜੀ ਹਾਂਜੀ ਹਾਂਜੀ, ਡੈਡੀ ਹੁਣੀ ਨਹੀਂ ਅੱਜ ਆਏ, ਉਹ ਨਹੀਂ ਆਏ, ਡੈਡੀ ਹੁਣੀ ਨਹੀਂ ਆਏ। ਆਏ ਨੰਨੇ ਜੇ ਬੱਚੇ, ਆਏ ਨਹੀਂ ਕਿਤੇ ਗੁਗਲੂ ਮੁਗਲੂ। ਚਲੋ ਠੀਕ ਹੈ ਆਂਟੀ ਜੀ, ਓਕੇ ਬਾਏ ਬਾਏ। ਇੱਦਾਂ ਬੂਟੇ ਲੱਗੇ ਹੁਣ ਸੜਕਾਂ ਦੇ ਦੁਆਲੇ, ਤੇ ਮੈਂ ਕਹਿੰਦਾ ਗਰਮੀ ਜਿਹੜੀ ਨਹੀਂ ਲਾਗੋਂ ਦੌੜੀ ਜਾਵੇ ਹਿਸਾਬ ਲੈਣਾ ਪੰਜਾਬ ਦੇ, ਪੰਜਾਬ 'ਚ ਤਾਂ ਆਵੇ ਹੀ ਨਾ ਕਹਿੰਦੇ ਸੰਦੀਪ। ਹਾਂ ਸਹੀ ਗੱਲ ਹੈ, ਤਾਂ ਬੂਟੇ ਵੇਖ ਕੇ ਡੈਸਣ ਲੱਗੇ। ਹੁਣ ਖਾਵਾਂਗੇ ਇੱਥੋਂ ਆਪਾਂ ਲੱਡੂ, ਇਹ ਵੀਰੇ ਲੱਡੂ ਕਰਾਰੇ ਬੋਲਦੇ ਨੇ ਇਹਨਾਂ ਨੂੰ। ਓਕੇ ਓਕੇ, ਕਿੰਨੇ ਗਿੱਲੇ ਕਰਾਵਾਂ? ਤੁਹਾਡੇ ਵੀ ਗਿੱਲੇ? ਇੱਕ ਪਲੇਟ ਗਿੱਲੇ ਫਿਰ ਇੱਕ ਦਿਓ ਸੁੱਕੇ।
ਤੇ ਇੱਕ ਸੁੱਕੇ ਦੋ ਪਲੇਟਾਂ ਕਰਾਉਣੀਆਂ ਬਸ ਘਰ ਪੰਜ ਜਾਣੇ ਨੇ ਇੱਕ ਚ ਪਲੇਟ ਚ ਕਿੰਨੇ ਹੋਣੇ ਪੰਜ ਕਿਤਨੇ ਕੀ ਪਲੇਟ ਹੈ ਓਕੇ ਲਗਨੇ ਪਹਿਲਾਂ ਆਉਂਦੇ ਹੁੰਦੇ ਬਚਪਨ ਦੇ ਵਿੱਚ ਖਾ ਲਓ ਮੰਮੀ ਮੰਮੀ ਦੇ ਫੇਵਰੇਟ ਲੱਡੂ ਨਾ ਪਰਾਈ ਭਰਾਵਾ ਖੱਟਾ ਨਾ ਪਾਈ ਵੀ ਬਿਪਤਾ ਪੈ ਜਾਣੀ ਮੈਂ ਤੁਹਾਨੂੰ ਦੱਸਾਂ ਹਾਂਜੀ ਕਿੱਦਾਂ ਸਹੀ ਹੈ ਕਿ ਨਹੀਂ ਸਵਾਦ ਹੈ ਕਿ ਨਹੀਂ ਖਾ ਲਓ ਤੁਸੀਂ ਪਹਿਲਾਂ ਮੁੜ ਕੇ ਮੈਂ ਅੱਗੇ ਰੱਖ ਲਓ ਪਲੇਟ ਖਾ ਲਓ ਤੁਸੀਂ ਪਹਿਲਾਂ ਇੱਕ ਹੋਰ ਪਲੇਟ ਗਿੱਲਾ ਕਰਦੇ ਗਿੱਲੇ ਹਾਂ ਵੀਰ ਸਾਨੂੰ ਕਹਿ ਰਿਹਾ ਆ ਵੀ ਪੈਸੇ ਦੀ ਮੈਂ ਟੈਨਸ਼ਨ ਨਹੀਂ ਲੈਂਦਾ ਗੱਡੀ ਤੁਸੀਂ ਲੈ ਵੀ ਜਾਓਗੇ ਤਾਂ ਤੁਹਾਨੂੰ ਪਤਾ ਆ ਵੀ ਇਹ ਖਲੋਤਾ ਵਾ ਸਾਰੀ ਦਿਹਾੜੀ ਦੇ ਪੈਸੇ ਤੁਸੀਂ ਦੇ ਹੀ ਜਾਣੇ ਆ ਵਿਸ਼ਵਾਸ ਸਹੀ ਗੱਲ ਵਿਸ਼ਵਾਸ ਜਿਹੜਾ ਨਹੀਂ ਆ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਐਸੀ ਬਾਤ ਹੈ ਸਹੀ ਹੈ ਨਾ ਅਸੀਂ ਪਹੁੰਚੇ ਹੋਏ ਹਾਂ ਇੱਥੇ ਖੁੰਭ ਫਾਰਮ ਇੱਥੋਂ ਦੇਖਦੇ ਖੁੰਭਾਂ ਮਿਲਦੀਆਂ ਜਾਂ ਨਹੀਂ ਆਪਾਂ ਨੂੰ ਉਹ ਉੱਥੇ ਇਹਨਾਂ ਨੇ ਲਿਖ ਕੇ ਲਾਇਆ ਵੀ 2 ਮਹੀਨੇ ਤੱਕ ਖੁੰਭ ਜਿਹੜੀ ਨਹੀਂ ਬੰਦ ਆ ਨਹੀਂ ਮਿਲੇਗੀ ਆਪਾਂ ਨੂੰ ਕਹਿੰਦੀ ਮੈਂ ਤਾਂ ਮਲਾਈ ਵਾਲੀਆਂ ਬਣਾਉਣੀਆਂ ਅਸੀਂ ਪਹੁੰਚੇ ਹੋਏ ਹਾਂ ਕਿਰਨ ਵੱਲ ਸੂਟ ਦਿਖਾ ਦੀ ਕਿਰਨ ਲਓ ਜੀ ਆ 100 ਰੁਪਏ ਦੀ ਕਿੱਟ ਕਿਰਨ ਵਿਖਾ ਲੈਣੇ ਪਏ 100 ਦੀ ਆਈ ਹੈ ਕਿੱਟ ਦੱਸੋ ਵਧੀਆ ਆ ਇਹਨਾਂ ਦੀ ਨਿਗਾਹ ਚੀਲ ਦੀ ਇਹਨਾਂ ਨੇ ਖੁੰਬਾਂ ਵੇਖ ਹੀ ਲਈਆਂ ਲੱਗੀਆਂ ਹੋਈਆਂ ਡੱਬੀ ਕਿੱਦਾਂ ਖੁੰਬਾਂ ਦੀ 60 ਰੁਪਏ ਦੇ ਦਿਓ ਯਾਰ 2 ਦੇ ਦੇ ਆਪਾਂ ਲੈ ਲਈਆਂ ਖੁੰਬਾਂ ਇੱਥੋਂ ਝੁੰਗੀ ਦੇ ਲਾਗੋਂ ਮਰਵਾਹ ਹੋਸਪਿਟਲ ਆ ਉਹ ਸਾਹਮਣੇ ਪਹਿਲਾਂ ਪਲੱਸ ਦਾ ਨਿਸ਼ਾਨ ਦਿਖਾਈ ਦੇ ਰਿਹਾ ਚਲੋ ਠੀਕ ਆ ਜੇ ਛੋਟਾ ਜਿਹਾ ਵਲੋਗ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰਦੇ ਫਿਰ ਸਾਰੇ ਜਣੇ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਬਾਏ ਬਾਏ।